मोगा के संत नगर विच बीते दिन दोपहर दे विच उस वेले सहम दा माहौल बन गया जदों एक किराएदार तों घर खाली कराउण लई 25 तों 30 हथियारबंद व्यक्तियों ने एक घर ते हमला कर दिता। घर का दरवाजा बंद होण करके हमलावरां ने घर का मेन गेट ते कंध टप के घर अंदर वड़ के, जिस तों बाद हमलावरां ने घर दीआं महिलावां समेत किसी नूं वी नहीं बख्शिया ते घर विच पए समान दी वी रज के भन्नतोड़ कीती है। गुंडागर्दी की यह घटना सारी सीसीटीवी विच वी कैद होई है। इस मौके पत्रकारों नाल गलबात करदिआं पीड़ित परिवार ने कहा है कि मकान विच किराएदार हन ते मकान दा अदालत विच केस चल रहा है, पर अज मकान मालिक दी शह ते कुछ हमलावरां ने हथियारां दे जोर ते उन्हां तों घर खाली कराउण दी कोशिश कीती है, जिस दे चलदिआं उन्हां ने पुलिस प्रशासन तों इंसाफ दी मंग कीती है। उधर डीएसपी सिटी बरजिंदर सिंह भुल्लर ने जानकारी दिंदिआं दस्सिआ है कि मामले दी जांच कीती जा रही है, जिस तों बाद ही कार्रवाई अमल विच लिआंदी जावेगी। मालिक आ ਉਹ ਜਸਵਿੰਦਰ ਸਿੰਘ ਉਹਨਾਂ ਦੇ ਮੰਮੀ ਅਮਰਜੀਤ ਕੌਰ ਉਹਨਾਂ ਦੇ ਨਾ ਉਹ ਕੰਮ ਕਰਦੇ ਸੀਗੇ ਉਹਨਾਂ ਦੇ ਲੈਟਰੀ ਚੱਕਦੇ ਸੀ ਉਹਨਾਂ ਨੂੰ ਕੈਂਸਰ ਦੀ ਬਿਮਾਰੀ ਸੀ ਘੱਟੋ ਘੱਟ 8-9 ਸਾਲ ਹੋ ਗਏ ਉਹਨਾਂ ਨੂੰ ਕੰਮ ਕਰਦੇ ਉਹਨਾਂ ਘਰੇ ਸਾਨੂੰ ਇੱਕਦਮ ਜਦੋਂ ਆਂਟੀ ਮਰ ਗਏ ਸਾਨੂੰ ਕਹਿੰਦੇ ਕਿ ਸਮਾਨ ਚੱਕੋ ਅਸੀਂ ਕਿਹਾ ਕਿ ਅਸੀਂ ਅਚਾਨਕ ਕਿੱਥੇ ਚੱਕ ਲਏ ਸੀਗੇ ਅਸੀਂ ਜਗ੍ਹਾ ਵੀ ਲਈ ਅਸੀਂ ਜਦੋਂ ਪਾ ਲਾਂਗੇ ਅਸੀਂ ਚੱਕ ਲਾਂਗੇ ਅਤੇ ਕਹਿੰਦੇ ਕਿ ਨਹੀਂ ਸਾਨੂੰ ਹੁਣੇ ਹੀ ਖਾਲੀ ਕਰਕੇ ਚਾਹੀਦਾ ਅਸੀਂ ਕਿਹਾ ਕਿ ਨਹੀਂ ਸਾਨੂੰ 2 ਸਾਲ ਤਾਂ ਦਿਓ ਵੀ ਮੈਂ ਪਲੱਸ 2 ਤਾਂ ਕੰਪਲੀਟ ਕਰ ਜਾ ਅਤੇ ਕਹਿੰਦੇ ਨਹੀਂ ਫਿਰ ਉਹਨਾਂ ਨੇ ਸਾਡੇ ਘਰੇ ਅੱਜ ਵੇਖ ਲਓ ਗੁੰਡੇ ਭੇਜੇ ਅਸੀਂ 6 ਜਦੋਂ ਲਿੱਤਾ ਅਤੇ ਉਹਨੇ ਸਾਡੇ ਘਰੇ ਗੁੰਡੇ ਭੇਜੇ ਮੇਰੇ ਪਾਪਾ ਦੇ ਪੱਟ ਵਿੱਚ ਗੋਲੀ ਮਾਰ ਦਿੱਤੀ ਵੇਖੋ ਸਾਡੇ ਘਰ ਦਾ ਉਹਨਾਂ ਨੇ ਕੀ ਹਾਲ ਕੀਤਾ ਵਾ ਸਾਰਾ ਸਾਨੂੰ ਇਨਸਾਫ ਮਿਲਣਾ ਚਾਹੀਦਾ ਜੀ ਸਾਡੇ ਨਾਲ ਬਹੁਤ ਧੱਕਾ ਕੀਤਾ ਜਸਵਿੰਦਰ ਸਿੰਘ ਆਪ ਹੋਇਆ ਲੈ ਕੇ ਨਾਲ ਹੁਣ ਮੈਂ ਤਾਂ ਗੂ ਮੂੰਹ ਤੋਂ ਵੀ ਸਟਾਇਆ ਸਰਦਾਰ ਜੀ ਸਿਆ ਰਹਿੰਦਾ ਸੀ ਉਹਨਾਂ ਦੇ ਘਰੇ ਸਾਨੂੰ ਆ ਸਿਲਾ ਦੇ ਕੇ ਗਏ ਸਾਨੂੰ ਮੈਨੂੰ ਜਥੇ ਬੰਦਿਆਂ ਤੋਂ ਵੀ ਮੰਗ ਕਰਦੀ ਕਿ ਸਾਡੇ ਨਾਲ ਸਾਥ ਦਿੱਤਾ ਜਾਵੇ ਹੁਣ ਆਇਆ ਹੋਇਆ ਆਪ ਉੱਤੇ ਮੋੜ ਤੇ ਖੜ ਕੇ ਆ ਕੁਛ ਕਰਾਂਗੇ ਗਿਆ ਸਾਡੇ ਨਾਲ ਕੱਲ ਨੂੰ ਕੁਛ ਵੀ ਕਰਵਾ ਸਕਦਾ ਬੱਚਿਆਂ ਨੂੰ ਗੋਲੀ ਕਿਹਦੇ ਲੱਗੀ ਹੈ ਇਹਦਾ ਡੈਡੀ ਤੇ ਲੱਗੀ ਹੈ ਜੀ ਗੋਲੀ ਉਹ 30-35 ਜਾਣੇ ਸੀਗੇ ਇਹ ਤਾਂ ਬਹੁਤ ਜਾਣੇ ਸੀਗੇ ਘਟਨਾ ਮੈਂ ਕਿਰਾਏ ਦੇ ਮਕਾਨ 'ਤੇ ਰਹਿ ਰਿਹਾ ਸੰਤ ਨਗਰ 11 ਨੰਬਰ ਗਲੀ 'ਚ ਜੀ ਕੋਰਟ ਦੇ ਵਿੱਚ ਮੇਰਾ ਕੇਸ ਚੱਲ ਰਿਹਾ ਹੈ ਇਹਨਾਂ ਨੇ ਮਿਲ ਕੇ ਮੇਰੇ 'ਤੇ ਦਬਾਅ ਪਾ ਪਾ ਕੇ ਮੈਂ ਤਾਂ ਇਹਨਾਂ ਨੂੰ ਇਹ ਵੀ ਕਿਹਾ ਮੈਂ ਕਿਹਾ ਮੈਂ ਖਾਲੀ ਕਰ ਦੂੰਗਾ ਜੀ ਮੈਨੂੰ ਕਰੋਨਾ ਟਾਈਮ ਕਰਕੇ ਥੋੜ੍ਹਾ ਸਮਾਂ ਦੇ ਦਿਓ ਚਲੋ ਮੈਂ ਮਕਾਨ ਬਣਾ ਕੇ ਖਾਲੀ ਕਰ ਦੂੰਗਾ ਮੇਰੀ ਤਰੀਕ ਭਾਈ ਜੱਜ ਸਾਹਿਬ ਨੇ 7ਵੇਂ ਮਹੀਨੇ ਦੀ 5 ਤਰੀਕ ਜੀ ਛੁੱਟੀਆਂ ਆ ਗਈਆਂ ਮੈਨੂੰ ਨਹੀਂ ਪਤਾ ਸੀ ਸਰ ਕੋਈ ਵੀ ਇਹ ਗੁੰਡਾਗਰਦੀ ਮੇਰੇ ਨਾਲ ਇਸ ਤਰ੍ਹਾਂ ਕਰਨਗੇ ਜਾਇਆ ਕਰਨਗੇ ਮੈਂ ਕਿਹਾ ਚਲੋ ਜੀ ਜਦੋਂ ਆਪਾਂ ਜੀ ਕੋਈ ਗੁੰਡਾਗਰਦੀ ਕੀਤੀ ਆਪਣਾ ਕਾਹਦੀ ਕਰਨਗੇ ਅੱਜ ਉਹਦੇ ਪਤਾ ਲੱਗਿਆ ਜਦੋਂ 40-50 ਜਣੇ ਗੱਡੀਆਂ ਭਰ ਕੇ ਮੇਰੇ ਘਰ ਆ ਗਏ ਜੀ ਕੁਦਰਤੀ ਮੇਰੀ ਘਰ ਦੀ ਬਾਹਰ ਸੋ ਰਹੀ ਸੀ ਅਸੀਂ ਵੇਖ ਕੇ ਅਸੀਂ ਕਮਰੇ ਦੇ ਵਿੱਚ ਅੰਦਰ ਵੜ ਕੇ ਕੁੰਡੇ ਲਾ ਲਏ ਜੀ ਉਹਨਾਂ ਨੇ ਸਰੀਏ ਵੱਢ ਵੱਢ ਕੇ ਬਾਰੀਆਂ ਦੇ ਘਰੇ ਜਾ ਕੇ ਵੇਖੋ ਸਾਰੇ ਸਰੀਏ ਵੜਤੇ ਜੀ ਸਾਰਾ ਮੋਟਰਸਾਈਕਲ ਪੰਨ ਤੱਕ ਗੁੜੀਆਂ ਨੂੰ ਮੇਰੀ ਨੌਜਵਾਨ ਕੁੜੀ ਆ ਉਹਨੂੰ ਚੰਬੜ ਗਈ ਜੀ ਇੱਜ਼ਤ ਲੁੱਟਣ ਵਾਸਤੇ ਮੇਰੀ ਲੱਤ ਦੇ ਵਿੱਚ ਗੋਲੀ ਮਾਰੀ ਹੈ ਜੀ ਇਹੋ ਜੀ ਗੰਦੀ ਸਰਕਾਰ ਤੋਂ ਅਸੀਂ ਕੀ ਲੈਣਾ ਸਰ ਸਾਡੇ ਗੋਲੀ ਮਾਰ ਕੌਣ ਸੀ ਡਿਪਟੀ ਸਾਹਿਬ ਇੱਕ ਆਪਣਾ ਹਮਲਾ ਹੋਇਆ ਘਰ ਦੇ ਉੱਪਰ ਅੰਮ੍ਰਿਤਸਰ ਉੱਪਰ ਸਰ ਕੀ ਕਰਾ ਮਾਮਲਾ ਇਹ ਮਾਮਲਾ ਸਿਟੀ ਵਨ ਦੇ ਥਾਣੇ ਦੇ ਵਿੱਚ ਸੰਤ ਨਗਰ ਦੀ 11 ਨੰਬਰ ਗਲੀ ਆ ਉਹਦੇ ਵਿੱਚ ਇੱਕ ਕਿਰਾਏਦਾਰ ਸੁਰਿੰਦਰਪਾਲ ਸਿੰਘ ਰਹਿੰਦਾ ਸੀਗਾ ਉਹਦਾ ਮਾਲਕਾਂ ਨਾਲ ਸੀਗਾ ਕੋਈ ਇਸਦੇ ਬਦਲੇ ਉਹਨੇ ਆਪਣਾ ਪਿਛਲੇ ਮਹੀਨੇ ਕੋਰਟ 'ਚ ਵੀ ਕੇਸ ਕੀਤਾ ਸੀਗਾ ਅਤੇ ਅੱਜ ਕੁਛ ਬੰਦੇ ਉੱਥੇ ਆਏ ਆ ਅਤੇ ਇਹ ਜਿਹੜਾ ਸੁਰਿੰਦਰਪਾਲ ਸਿੰਘ ਆ ਇਹਦੇ ਵੀ ਸੱਟ ਲੱਗੀ ਹੈ ਕੋਈ ਜਿਹੜਾ ਦੂਸਰੀ ਸਾਈਡ ਦਾ ਗਗਨਦੀਪ ਸਿੰਘ ਉਹਦੇ ਵੀ ਸੱਟ ਲੱਗੀ ਹੈ ਕੋਈ ਅਤੇ ਸਾਨੂੰ ਹੁਣੇ ਅਜੇ ਰੁਕਾ ਮਿਲਿਆ ਸਾਡਾ ਆਈਓ ਜਾ ਰਿਹਾ ਉਹਨਾਂ ਦੀ ਸਟੇਟਮੈਂਟ ਲਿਖ ਕੇ ਜਿਹੜੀ ਅਗਲੀ ਬਣਦੀ ਕਾਰਵਾਈ ਉਹ ਕੀਤੀ ਜਾਵੇਗੀ ਉਹ ਅਸੀਂ ਹਜੇ ਡਿਸਕਲੋਜ਼ ਨਹੀਂ ਕਰਨਾ ਚਾਹੁੰਦੇ ਹੈਗੀ ਹੈ ਸਾਡੇ ਕੋਲ ਉਹ ਡਿਊਰਿੰਗ ਇਨਵੈਸਟੀਗੇਸ਼ਨ ਅਸੀਂ ਉਹਨੂੰ ਦੇਖਾਂਗੇ ਮੋਗਾ ਤੋਂ ਬਿੱਟੂ ਪੂਰਬਾ ਦੀ ਰਿਪੋਰਟ ਪੰਜਾਬ ਟੂਡੇ।